ਅੱਜ ਮੈਂ ਗੱਲ ਕਰਨ ਜਾ ਰਹੀ ਹਾਂ ਐਂਟਰਟੇਨਮੈਂਟ ਜਗਤ ਦੇ ਬਾਰੇ। ਹਾਲ ਹੀ ਦੇ ਵਿੱਚ ਅਸੀਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਅਕਸ਼ੇ ਕੁਮਾਰ ਦੀ ਅਪਕਮਿੰਗ ਫਿਲਮ ਸੂਰਿਆਵੰਸ਼ੀ ਦੀ ਫਸਟ ਲੁੱਕ, ਜਿਸ ਵਿੱਚ ਸਾਨੂੰ ਨਜ਼ਰ ਆ ਰਹੇ ਸੀ ਅਕਸ਼ੇ ਕੁਮਾਰ ਖੁਦ ਆਪ ਤੇ ਉਹਨਾਂ ਦੇ ਨਾਲ ਅਜੇ ਦੇਵਗਨ ਤੇ ਰਣਵੀਰ ਸਿੰਘ। ਇਹ ਤਿੰਨੋਂ ਫੀਅਰਸ ਪੁਲਿਸ ਕੋਪ ਦਾ ਕਿਰਦਾਰ ਨਿਭਾ ਰਹੇ ਨੇ ਇਸ ਫਿਲਮ ਦੇ ਵਿੱਚ, ਤੇ ਇਹਨਾਂ ਤਿੰਨਾਂ ਦੇ ਵਿੱਚੋਂ ਅੱਜ ਮੈਂ ਗੱਲ ਕਰਾਂਗੀ ਸਿੰਘਮ ਦੇ ਬਾਰੇ, ਯਾਨੀ ਕਿ ਅਜੇ ਦੇਵਗਨ ਦੇ ਬਾਰੇ। ਅਜੇ ਦੇਵਗਨ ਸੂਰਿਆਵੰਸ਼ੀ ਫਿਲਮ ਦੇ ਵਿੱਚ ਤਾਂ ਸਾਨੂੰ ਨਜ਼ਰ ਆਣਗੇ, ਇਸ ਤੋਂ ਇਲਾਵਾ ਇੱਕ ਹੋਰ ਫਿਲਮ ਕਰ ਰਹੇ ਨੇ ਜਿਸ ਦਾ ਟਾਈਟਲ ਹੈ ਮੈਦਾਨ। ਤੇ ਹਾਲ ਹੀ ਦੇ ਵਿੱਚ ਤਰਨ ਆਦਰਸ਼ ਨੇ ਦੱਸਿਆ ਕਿ ਇਸ ਫਿਲਮ ਦਾ ਸੈਕਿੰਡ ਸਕੈਡਿਊਲ ਰੈਪ ਕਰ ਦਿੱਤਾ ਗਿਆ, ਤੇ ਇਸ ਦੇ ਨਾਲ ਹੀ ਉਹਨਾਂ ਨੇ ਸ਼ੇਅਰ ਕੀਤਾ ਇਸ ਫਿਲਮ ਦਾ ਫਸਟ ਲੁੱਕ ਪੋਸਟਰ। ਤੇ ਆਓ ਫਿਰ ਚੈੱਕ ਕਰ ਤਰਨ ਆਦਰਸ਼ ਦੀ ਇਸ ਪੋਸਟ ਨੂੰ। ਤਰਨ ਆਦਰਸ਼ ਨੇ ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ਅਜੇ ਦੇਵਗਨਸ ਨੈਕਸਟ ਫਿਲਮ ਮੈਦਾਨ ਬੇਸਡ ਔਨ ਦ ਸਪੋਰਟ ਫੁੱਟਬਾਲ ਰੈਪਡ ਇਟ ਸੈਕਿੰਡ ਸਕੈਡਿਊਲ ਇਨ ਮੁੰਬਈ, ਨੈਕਸਟ ਸਕੈਡਿਊਲ ਇਨ ਕੋਲਕਾਤਾ ਫਰੋਮ 3rd November 2019। ਕੋਸਟਾਰਸ ਕੀਰਤੀ ਸੁਰੇਸ਼, ਡਾਇਰੈਕਟਡ ਬਾਈ ਅਮਿਤ ਰਵਿੰਦਰਨਾਥ ਸ਼ਰਮਾ। ਇਸ ਫਿਲਮ ਦੇ ਵਿੱਚ ਅਜੇ ਦੇਵਗਨ ਸਾਨੂੰ ਲੀਡ ਕਿਰਦਾਰ ਨਿਭਾਉਂਦੇ ਨਜ਼ਰ ਆਣਗੇ, ਜੋ ਕਿਰਦਾਰ ਨਿਭਾਉਣਗੇ ਲੈਜੈਂਡਰੀ ਫੁੱਟਬਾਲ ਕੋਚ ਸੈਯਦ ਅਬਦੁਲ ਰਹੀਮ, ਤੇ ਇਸ ਦੇ ਨਾਲ ਹੀ ਉਹਨਾਂ ਦੀ ਲੀਡ ਐਕਟਰੈਸ ਇਸ ਫਿਲਮ ਦੇ ਵਿੱਚ ਹੋਵੇਗੀ ਕੀਰਤੀ ਸੁਰੇਸ਼। ਕੀਰਤੀ ਸੁਰੇਸ਼ ਦੇ ਬਾਰੇ ਮੈਂ ਤੁਹਾਨੂੰ ਦੱਸਦਾ ਕਿ ਉਹ ਸਾਊਥ ਇੰਡੀਅਨ ਐਕਟਰੈਸ ਨੇ, ਤੇ ਇਸ ਫਿਲਮ ਦੇ ਨਾਲ ਉਹ ਹਿੰਦੀ ਸਿਨੇਮਾ ਦੇ ਵਿੱਚ ਆਪਣਾ ਡੈਬਿਊ ਕਰਨ ਜਾ ਰਹੇ ਨੇ। ਤੇ ਮੈਨੂੰ ਦੱਸੋ ਕਿ ਤੁਹਾਨੂੰ ਵਧਾਈ ਉਹ ਫਿਲਮ ਵਧੀਆ ਲੱਗੀ ਸੀ, ਜੇ ਤੁਹਾਨੂੰ ਉਹ ਫਿਲਮ ਵਧੀਆ ਲੱਗੀ ਸੀ ਤਾਂ ਤੁਹਾਨੂੰ ਇਹ ਫਿਲਮ ਵੀ ਬਹੁਤ ਜ਼ਿਆਦਾ ਪਸੰਦ ਆਵੇਗੀ, ਜਿਸ ਨੂੰ ਡਾਇਰੈਕਟ ਕਰ ਰਹੇ ਨੇ ਵਧਾਈ ਉਹ ਦੇ ਡਾਇਰੈਕਟਰ ਅਮਿਤ ਸ਼ਾਹ, ਤੇ ਇਹ ਫਿਲਮ ਬਹੁਤ ਜਲਦੀ ਰਿਲੀਜ਼ ਕੀਤੀ ਜਾਵੇਗੀ। ਪਰ ਫਿਲਹਾਲ ਇਸ ਫਿਲਮ ਦਾ ਸੈਕਿੰਡ ਸਕੈਡਿਊਲ ਰੈਪ ਕਰ ਦਿੱਤਾ ਗਿਆ ਮੁੰਬਈ ਦੇ ਵਿੱਚ, ਤੇ ਹੁਣ 3rd ਸਕੈਡਿਊਲ ਸ਼ੂਟ ਕੀਤਾ ਜਾਵੇਗਾ ਕੋਲਕਾਤਾ ਵਿੱਚ 3rd November ਤੋਂ। ਤੇ ਇਸ ਦੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ ਫਿਲਮ ਬੇਸਡ ਹੋਵੇਗੀ ਗੋਲਡਨ ਯੂਜ਼ ਆਫ ਫੁੱਟਬਾਲ, ਯਾਨੀ ਕਿ 1951 ਤੋਂ ਲੈ ਕੇ 1963 ਵਿੱਚ ਫੁੱਟਬਾਲ ਟੀਮ ਨੇ ਕਿਹੋ ਜਿਹਾ ਪਰਫਾਰਮ ਕੀਤਾ ਸੀ, ਇਸ ਸਾਰੇ ਪੀਰੀਅਡ ਨੂੰ ਦਰਸਾਇਆ ਜਾਵੇਗਾ ਇਸ ਫਿਲਮ ਦੇ ਵਿੱਚ, ਤੇ ਕਿਵੇਂ ਲੈਜੈਂਡਰੀ ਫੁੱਟਬਾਲਰ ਸੈਯਦ ਅਬਦੁਲ ਰਹੀਮ ਨੇ ਆਪਣਾ ਯੋਗਦਾਨ ਦਿੱਤਾ ਸੀ ਫੁੱਟਬਾਲ ਟੀਮ ਨੂੰ ਅੱਗੇ ਲੈ ਕੇ ਜਾਣ ਦੇ ਲਈ, ਤੇ ਨਾਲ ਦੇ ਨਾਲ ਉਹਨਾਂ ਨੇ ਵਿਨ ਕੀਤਾ ਸੀ ਏਸ਼ੀਅਨ ਗੇਮਸ ਇਸ ਗੋਲਡਨ ਪੀਰੀਅਡ ਦੇ ਦੌਰਾਨ। ਇਹ ਸਾਰੀ ਚੀਜ਼ਾਂ ਇਸ ਫਿਲਮ ਦੇ ਵਿੱਚ ਪੋਰਟਰੇਟ ਕੀਤੀ ਜਾਣਗੀਆਂ ਖੂਬਸੂਰਤ ਵੇ ਦੇ ਵਿੱਚ। ਉਹ ਤੇ ਇਸ ਫਿਲਮ ਦੇ ਸ਼ੂਟ ਦੇ ਲਈ VFX ਤੇ ਸਪੋਰਟਸ ਕੋਰੀਓਗ੍ਰਾਫਰ ਨੂੰ ਹਾਇਰ ਕੀਤਾ ਗਿਆ LA ਤੋਂ, ਯਾਨੀ ਕਿ ਲੋਸ ਏਂਜਲਸ ਤੋਂ, ਤਾਂ ਕਿ ਇਸ ਫਿਲਮ ਦੇ ਸਪੋਰਟਸ ਸੀਨਸ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸ਼ੂਟ ਕੀਤੇ ਜਾਣ। ਹਿੰਦੀ ਸਿਨੇਮਾ ਦੇ ਵਿੱਚ ਆਏ ਦਿਨ ਬਾਇਓਪਿਕਸ ਬਣ ਰਹੀਆਂ ਨੇ, ਪਰ ਉਹ ਤੇ ਅਜੇ ਦੇਵਗਨ ਦੀ ਇਹ ਪਹਿਲੀ ਬਾਇਓਪਿਕ ਹੋਣ ਜਾ ਰਹੀ ਹੈ, ਪਰ ਹਰ ਵਾਰ ਅਜੇ ਦੇਵਗਨ ਨੇ ਹਰ ਕਿਸੇ ਫਿਲਮ ਦੇ ਵਿੱਚ ਬਹੁਤ ਹੀ ਸੋਹਣਾ ਕਿਰਦਾਰ ਨਿਭਾਇਆ, ਤੇ ਅਸੀਂ ਉਮੀਦ ਕਰਦੇ ਕਿ ਇਸ ਕਿਰਦਾਰ ਨੂੰ ਵੀ ਉਹ ਬਖੂਬੀ ਤਰੀਕੇ ਦੇ ਨਾਲ ਦਰਸਾਉਣਗੇ ਪਰਦੇ ਤੇ। ਪਰ ਤੁਸੀਂ ਅਕਸ਼ੇ ਕੁਮਾਰ ਨੂੰ ਲੈਜੈਂਡਰੀ ਸਪੋਰਟਸ ਕੋਚ ਸੈਯਦ ਅਬਦੁਲ ਰਹਿਮਾਨ ਦੇ ਕਿਰਦਾਰ ਦੇ ਵਿੱਚ ਦੇਖਣ ਲਈ ਕਿੰਨੇ ਕੁ ਐਕਸਾਈਟਡ ਹੋ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ, ਤੇ ਇਹੋ ਜਿਹੇ ਹੋਰ ਇੰਟਰਸਟਿੰਗ ਬਾਲੀਵੁੱਡ ਤੇ ਬਾਲੀਵੁੱਡ ਰਿਲੇਟਡ ਅਪਡੇਟਸ ਲਈ ਸਾਡੇ ਗੱਭਰੂ ਦੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨੋਟੀਫਿਕੇਸ਼ਨ ਦੇ ਲਈ ਨੀਚੇ ਤੇ ਬੈਲ ਆਈਕਨ ਨੂੰ ਕਲਿੱਕ ਕਰੋ, ਤੇ ਨਿਊਜ਼ ਤੁਹਾਨੂੰ ਕਿਹੋ ਜਿਹੀ ਲੱਗੀ ਸਾਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸੋ। ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗੱਭਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗੱਭਰੂ ਦੀ ਮੋਬਾਈਲ ਐਪ, ਹੁਣੇ ਇੰਸਟਾਲ ਕਰੋ ਗੱਭਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ